ਉਹਨੇ ਡੱਬ ਦੇ ਵਿੱਚ ਆਪਣੇ ਫਾਦਰ ਦਾ ਸਰਕਾਰੀ ਇਨਵੋਲਵਮੈਂਟ ਲਿਆ ਹੋਇਆ। ਸਰਕਾਰੀ ਰਿਵਾਲਵਰ ਫੜੇ ਹੱਥ ਚ ਦੋ ਮੁਲਾਜ਼ਮਾਂ ਨੇ, ਹੈੱਡ ਕਾਂਸਟੇਬਲ ਸਿੰਘ ਸਿੰਘ, ਇਹਨਾਂ ਨੇ ਸਟੈਂਡ ਫੋਟੋਆਂ ਖਿਚਾਈਆਂ। ਇਹਨਾਂ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਊ। ਲੋਕਾਂ ਨੂੰ ਕਾਨੂੰਨ ਸਮਝਾਉਣ ਵਾਲੀ ਪੰਜਾਬ ਪੁਲਿਸ ਕਈ ਵਾਰ ਖੁਦ ਹੀ ਕਾਨੂੰਨ ਭੰਗ ਕਰ ਦਿੰਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਏ ਕਸਬਾ ਚੱਬਾਲ ਥਾਣੇ ਤੋਂ, ਜਿੱਥੇ ਕਿ ਡਿਊਟੀ ਉੱਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਸਮੇਤ ਫੋਟੋ ਅਪਲੋਡ ਕੀਤੀ ਗਈ। ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਬੇਟੇ ਵੱਲੋਂ ਹਥਿਆਰ ਦੇ ਨਾਲ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤਿੰਨਾਂ ਵਿਅਕਤੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨੇ ਡੱਬ ਦੇ ਵਿੱਚ ਆਪਣੇ ਫਾਦਰ ਦਾ ਸਰਕਾਰੀ ਇਨਵੋਲਵਮੈਂਟ ਲਿਆ ਹੋਇਆ, ਇਹਦੇ ਸੰਬੰਧ ਚ ਪੀਓ ਬਲਾਂਦੇ ਦਾ ਇੰਚਾਰਜ ਹੈ, ਇਹਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਆ। ਤੇ ਇਹ ਤੋਂ ਇਲਾਵਾ ਜਿਹੜਾ ਬੇਟੇ ਦੇ ਹੱਥ ਚ ਇਸ ਤਰ੍ਹਾਂ ਫੜਿਆ ਵਾ, ਉਹਦੀ ਪੁੱਛ ਪੜਤਾਲ ਕੀਤੀ ਜਾਊਗੀ, ਵੈਰੀਫਾਈ ਕੀਤੀ ਜਾਊਗੀ ਉਹਦਾ ਆਪਣਾ ਲਾਇਸੈਂਸੀ ਹੈ ਕਿ ਕਿਹਦਾ ਵਾ, ਤੇ ਉਹ ਵੀ ਜੋ ਬਣਦੀ ਹੋਈ ਕਾਰਵਾਈ ਕੀਤੀ ਜਾਊ। ਇਸ ਤੋਂ ਇਲਾਵਾ ਇੱਕ ਹੋਰ ਫੋਟੋ ਵਾਇਰਸ ਹੋਈ ਹੈ ਥਾਣੇ ਚਵਾਲ ਦੇ, ਤਿੰਨ ਮੁਲਾਜ਼ਮ ਨੇ ਉਹਨਾਂ ਨੇ ਆਪਣੇ ਸਰਕਾਰੀ ਰਿਵਾਲਵਰ ਫੜੇ ਹੱਥ ਚ, ਦੋ ਮੁਲਾਜ਼ਮਾਂ ਨੇ, ਹੈੱਡ ਕਾਂਸਟੇਬਲ ਹਰਪਾਲ ਸਿੰਘ ਤੇ ਮਲਕੀਤ ਸਿੰਘ, ਇਹਨਾਂ ਨੇ ਸਟੈਂਡ ਨਾਲ ਫੋਟੋਆਂ ਖਿਚਾਈਆਂ। ਇਹਨਾਂ ਦੇ ਖਿਲਾਫ਼ ਵੀ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਊ। ਉਹ ਜਿਹੜੀ ਫੋਟੋ ਖਿੱਚੀ ਗਈ ਇੱਕ ਦਰਖਤਾਂ ਦੇ ਖਿੱਚੀ ਗਈ ਹੈ ਸਟੈਲ ਦੇ ਨਾਲ, ਜੋ ਕਿ ਇੱਕ ਸਰਕਾਰੀ ਮੁਲਾਜ਼ਮ ਆ ਉਹਨੇ ਬਹੁਤ ਤਰੀਕੇ ਨਾਲ ਹੈਂਡਲਿੰਗ ਕਰਨੀ ਹੁੰਦੀ ਹੈ ਵੈਪਨ ਦੀ, ਤੇ ਜਿਹੜਾ ਫੁਕਰਾ ਸਟੈਲ ਨਾਲ ਫੋਟੋਆਂ ਖਿਚਾ ਕੇ ਉਹਨੇ ਅਨੁਸ਼ਾਸਨ ਦੀ ਉਲੰਘਣਾ ਕੀਤੀ। ਆਮ ਜਨਤਾ ਨੂੰ ਤਾਂ ਇਹ ਸੰਦੇਸ਼ ਆ ਕਿ ਜਿਹੜਾ ਵੈਪਨ ਆ ਚੰਗੇ ਤਰੀਕੇ ਨਾਲ ਹੈਂਡਲ ਕਰਨ, ਇਹਨੂੰ ਖਿਡੌਣਾ ਸਮਝ ਕੇ ਇਹਦੇ ਨਾਲ ਖੇਡਣ ਨਾ। ਜਦੋਂ ਇਹ ਖਿਡੌਣਾ ਸਮਝ ਕੇ ਖੇਡਦੇ ਆ ਇਹਦੇ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ, ਆਪਣਾ ਵੀ ਤੁਹਾਡਾ ਨੁਕਸਾਨ ਹੋ ਸਕਦਾ, ਕਿਸੇ ਦਾ ਵੀ ਕਰ ਸਕਦਾ, ਇਹਦੀ ਪ੍ਰੋਪਰ। ਉਹਨੇ ਡੱਬ ਦੇ ਵਿੱਚ ਆਪਣੇ ਫਾਦਰ ਦਾ ਸਰਕਾਰੀ ਇਨਵੋਲਵਮੈਂਟ ਲਿਆ ਹੋਇਆ। ਸਰਕਾਰੀ ਰਿਵਾਲਵਰ ਫੜੇ ਹੱਥ ਚ, ਦੋ ਮੁਲਾਜ਼ਮਾਂ ਨੇ, ਹੈੱਡ ਕਾਂਸਟੇਬਲ ਸਿੰਘ, ਇਹਨਾਂ ਨੇ ਸਟੈਂਡ ਨਾਲ ਫੋਟੋਆਂ ਖਿਚਾਈਆਂ। ਇਹਨਾਂ ਦੇ ਖਿਲਾਫ਼ ਵੀ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਊ। ਲੋਕਾਂ ਨੂੰ ਕਾਨੂੰਨ ਸਮਝਾਉਣ ਵਾਲੀ ਪੰਜਾਬ ਪੁਲਿਸ ਕਈ ਵਾਰ ਖੁਦ ਹੀ ਕਾਨੂੰਨ ਭੰਗ ਕਰ ਦਿੰਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਏ ਕਸਬਾ ਚੱਬਾਲ ਥਾਣੇ ਤੋਂ, ਜਿੱਥੇ ਕਿ ਡਿਊਟੀ ਉੱਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਸਮੇਤ ਫੋਟੋ ਅਪਲੋਡ ਕੀਤੀ ਗਈ। ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਬੇਟੇ ਵੱਲੋਂ ਹਥਿਆਰ ਦੇ ਨਾਲ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤਿੰਨਾਂ ਵਿਅਕਤੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨੇ ਡੱਬ ਦੇ ਵਿੱਚ ਆਪਣੇ ਫਾਦਰ ਦਾ ਸਰਕਾਰੀ ਇਨਵੋਲਵਮੈਂਟ ਲਿਆ ਹੋਇਆ, ਇਹਦੇ ਸੰਬੰਧ ਚ ਪੀਓ ਬਲਾਂਦੇ ਦਾ ਇੰਚਾਰਜ ਹੈ, ਇਹਦੇ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਗਈ ਆ। ਤੇ ਇਹ ਤੋਂ ਇਲਾਵਾ ਜਿਹੜਾ ਬੇਟੇ ਦੇ ਹੱਥ ਚ ਇਸ ਤਰ੍ਹਾਂ ਫੜਿਆ ਵਾ, ਉਹਦੀ ਪੁੱਛ ਪੜਤਾਲ ਕੀਤੀ ਜਾਊਗੀ, ਵੈਰੀਫਾਈ ਕੀਤੀ ਜਾਊਗੀ ਉਹਦਾ ਆਪਣਾ ਲਾਇਸੈਂਸੀ ਹੈ ਕਿ ਕਿਹਦਾ ਵਾ, ਤੇ ਉਹ ਵੀ ਜੋ ਬਣਦੀ ਹੋਈ ਕਾਰਵਾਈ ਕੀਤੀ ਜਾਊ। ਇਸ ਤੋਂ ਇਲਾਵਾ ਇੱਕ ਹੋਰ ਫੋਟੋ ਵਾਇਰਸ ਹੋਈ ਹੈ ਥਾਣੇ ਚਵਾਲ ਦੇ, ਤਿੰਨ ਮੁਲਾਜ਼ਮ ਨੇ ਉਹਨਾਂ ਨੇ ਆਪਣੇ ਸਰਕਾਰੀ ਰਿਵਾਲਵਰ ਫੜੇ ਹੱਥ ਚ, ਦੋ ਮੁਲਾਜ਼ਮਾਂ ਨੇ, ਹੈੱਡ ਕਾਂਸਟੇਬਲ ਹਰਪਾਲ ਸਿੰਘ ਤੇ ਮਲਕੀਤ ਸਿੰਘ, ਇਹਨਾਂ ਨੇ ਸਟੈਂਡ ਨਾਲ ਫੋਟੋਆਂ ਖਿਚਾਈਆਂ। ਇਹਨਾਂ ਦੇ ਖਿਲਾਫ਼ ਵੀ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਊ। ਉਹ ਜਿਹੜੀ ਫੋਟੋ ਖਿੱਚੀ ਗਈ ਇੱਕ ਦਰਖਤਾਂ ਦੇ ਆੜ ਚ ਖਿੱਚੀ ਗਈ ਹੈ ਸਟੈਲ ਦੇ ਨਾਲ, ਜੋ ਕਿ ਇੱਕ ਸਰਕਾਰੀ ਮੁਲਾਜ਼ਮ ਆ
ਉਹਨੇ ਬਹੁਤ ਤਰੀਕੇ ਨਾਲ ਹੈਂਡਲਿੰਗ ਕਰਨੀ ਹੁੰਦੀ ਹੈ ਵੈਪਨ ਦੀ ਤੇ ਜਿਹੜਾ ਫੋਕਸ ਸਟੈਂਡ ਨਾਲ ਫੋਟੋਆਂ ਖਿਚਾ ਕੇ ਉਹਨੇ ਅਨੁਸ਼ਾਸਨ ਦੀ ਉਲੰਘਣਾ ਕੀਤੀ। ਆਮ ਜਨਤਾ ਨੂੰ ਤਾਂ ਇਹੀ ਸੰਦੇਸ਼ ਆ ਕਿ ਜਿਹੜਾ ਵੈਪਨ ਹੈ ਉਹ ਚੰਗੀ ਤਰੀਕੇ ਨਾਲ ਹੈਂਡਲ ਕਰਨ, ਇਹਨੂੰ ਖਿਡੌਣਾ ਸਮਝ ਕੇ ਇਹਦੇ ਨਾਲ ਖੇਡਣ ਨਾ। ਜਦੋਂ ਇਹ ਖਿਡੌਣਾ ਸਮਝ ਕੇ ਖੇਡਦੇ ਆ ਇਹਦੇ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ। ਆਪਣਾ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।